ਮੈਂ ਉਹਨਾਂ ਦੇ ਹੈਰਾਨੀ ਹੈ, ਇੰਨੇ ਸਾਲ ਲਗਾਤਾਰ ਭਾਜਪਾ ਨੂੰ ਗਾਲਾਂ ਕੱਢਦੇ ਸੀ ਤੇ ਅੱਜ ਸ਼ਾਮਿਲ ਹੋਇਆ। ਤੁਸੀਂ ਆਪ ਹੀ ਦੇਖ ਲਓਗੇ ਕਿ ਉਸ ਇਨਸਾਨ ਦੀ ਕੀ ਆਪਣੀ ਕਿਰਦਾਰ ਹੈ। ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ MLA ਜੇ ਜਿੱਤਿਆ, ਉਹਨਾਂ ਦਾ ਨੈਫਿਊ ਕੀ ਉਹ ਵੀ ਸ਼ਾਮਿਲ ਹੋ ਗਿਆ। ਦੇਖੋ ਬੜੇ ਦੇਰ ਦੇ ਉਸ ਪਰਿਵਾਰ ਇਨਸਾਫ ਦੀ ਗੱਲ ਕਰ ਰਿਹਾ ਸੀ, ਅੱਜ ਸੁਪਰੀਮ ਕੋਰਟ ਨੇ ਇਨਸਾਫ ਕੀਤਾ।